ਬੜੀਆਂ ਵੀਡੀਓ ਪੈਂਦੀਆਂ ਵਾ, ਕੋਈ ਅਣਜਾਣ ਮਿਸਤਰੀ ਪਾਉਂਦੇ, ਕੋਈ ਯੂਟਿਊਬਰ ਪਾਉਂਦੇ ਆ ਵਿਊ ਲੈਣ ਵਾਸਤੇ, ਤੇ ਕਹਿੰਦੇ ਵੀ ਇੱਦਾਂ ਗੇਮ ਕੱਢੋ ਤੇ ਇੱਦਾਂ ਗੇਮ ਪਾ ਦਿਓ ਤੇ ਦੰਦੇ ਐਂ ਕਰਦੇ। ਪਹਿਲੇ ਦਿਨ ਭਰਾ ਨੂੰ ਪਿੰਡ ਪੁੱਛਣ ਲੱਗਾ, ਮੈਨੂੰ ਪਿੰਡ ਨਹੀਂ ਪਤਾ ਯਾਰੀ, ਵਾਹਵਾ ਪੁਰਾਣੀ ਪੈ ਗਈ ਆ। ਲੋਰੀ ਹੌਲ ਚ ਵੀ ਟਰੈਕਟਰ ਬਣਾਉਣ ਵਾਲਾ ਇੱਕ ਜੱਗਾ ਭਗਤ ਪੂਰੀ ਆ ਟਰੈਕਟਰਾਂ ਚ ਜਾਣ। ਵੈਲੀ ਕਹਿੰਦੇ ਆ ਕੰਮ ਵੈਲੀਆਂ ਵਾਲੇ ਕਰਦੇ ਆ। ਤੁਸੀਂ ਫਿਲਮਾਂ ਚ ਰੋਲ ਲਈ ਲਈ ਬਣੇ, ਤੁਹਾਡੇ ਤੇ ਫਿਲਮਾਂ ਬਣਨੀਆਂ। ਅੱਤ ਜੱਟ ਸੋਹੀ ਸਾਡਾ ਭਰਾ ਜੱਟ ਕੋ ਫਿਰ ਪਹੁੰਚਿਆ ਵਾ, ਸਭ ਤੋਂ ਪਹਿਲਾਂ ਵੈਲਕਮ ਜੀ ਆਇਆਂ ਨੂੰ। ਔਰ ਇਹ ਵੀ ਭਰਾ ਨੂੰ ਪੁੱਛਾਂਗੇ ਕਿ ਜਿੱਦਾਂ ਕਹਿੰਦੇ ਕਿ ਟਰਬੋ ਇੰਨਾ ਟਾਈਮ ਹੀ ਕਰਦੀ ਜਾਂ ਕਰਕੇ ਕਹਿ ਸਕਦੇ ਵੀ ਮਾਝੇ ਏਰੀਏ 'ਚ ਛਾਇਆ ਟਰੈਕਟਰ ਜਿਹੜਾ ਮਨਕੌਰ ਮਾਰਕੀਟ ਦੇ ਵਿੱਚ ਆਇਆ ਟਰੈਕਟਰ। ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ 'ਚ ਗੱਲ ਕਰਨ ਲੱਗੇ ਬਿਲਕੁਲ ਨਵਾਂ ਨਕੌਰ ਮਾਰਕੀਟ ਦੇ ਵਿੱਚ ਆਇਆ ਟਰੈਕਟਰ, ਬੜੇ ਕਿਸਾਨਾਂ ਦਾ ਮਨਪਸੰਦ ਟਰੈਕਟਰ ਜਿਹੜਾ, ਖਾਸ ਕਰਕੇ ਕਹਿ ਸਕਦੇ ਵੀ ਮਾਝੇ ਏਰੀਏ 'ਚ ਛਾਇਆ ਟਰੈਕਟਰ ਜਿਹੜਾ ਮਹਿੰਦਰਾ ਅਰਜਨ 605 ਜਿਹੜਾ ਮਾਰਕੀਟ ਦੇ ਵਿੱਚ ਫੋਰ ਵੀਲ ਡਰਾਈਵ ਆਇਆ ਵਿਦ 3 ਸਪੀਡ ਆਇਆ ਟਰੈਕਟਰ। ਬਾਰਿਸ਼ ਸਟਾਰਟ ਹੋ ਚੁੱਕੀ ਆ ਪਰ ਅਸੀਂ ਵੀਡੀਓ ਬਣਾਉਣੀ ਬੰਦ ਨਹੀਂ ਕਰਾਂਗੇ। ਗੱਲ ਕਰਨ ਲੱਗੇ ਹਾਂ ਉਸ ਕਿਸਾਨ ਭਰਾ ਦੇ ਨਾਲ ਕਿ ਬਿਲਕੁਲ ਨਵਾਂ ਨਕੋਰ ਟਰੈਕਟਰ ਇੱਥੇ ਲਿਆਉਣ ਦਾ ਕਾਰਨ ਇਹ ਨਹੀਂ ਹੈਗਾ ਕਿ ਮੋਡੀਫਿਕੇਸ਼ਨ ਦਾ ਸ਼ੌਂਕ ਹੀ ਭਰਾ ਨੂੰ ਇਕੱਲਾ। ਔਰ ਇਹ ਵੀ ਭਰਾ ਨੂੰ ਪੁੱਛਾਂਗੇ ਕਿ ਜਿੱਦਾਂ ਕਹਿੰਦੇ ਕਿ ਟਰਬੋ ਇੰਨਾ ਟਾਈਮ ਹੀ ਕਰਦੀ ਜਾਂ ਇੰਨਾ ਟਾਈਮ ਕਰਦੀ, ਟਰਬੋ ਖਰਾਬ ਹੋ ਜਾਂਦੀ ਆ। ਗੱਲ ਕਰਨ ਲੱਗੇ ਉਹ ਭਰਾ ਨਾਲ, ਔਰ ਨਾਲ ਸਾਡੇ ਕੋਲ ਪਹੁੰਚਿਆ ਬੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਤੁਸੀਂ ਫਿਲਮਾਂ 'ਤੇ ਵੇਖਿਆ ਹੀ ਵੇਖਿਆ, ਨਾਲ ਦੇ ਨਾਲ ਨਿੱਤ ਨਵੀਆਂ ਰੀਲਾਂ 'ਚ ਵੀ ਵੇਂਦੇ ਭਰਾ ਨੂੰ। ਅੱਤ ਜੱਟ ਸੋਹੀ ਸਾਡਾ ਭਰਾ ਜੱਟ ਕੋ ਫਿਰ ਪਹੁੰਚਿਆ ਵਾ, ਸਭ ਤੋਂ ਪਹਿਲਾਂ ਵੈਲਕਮ ਜੀ ਆਇਆਂ ਨੂੰ। ਨਾਲ ਪਹੁੰਚੇ ਸਾਡੇ ਰਿਆੜ ਸਾਹਿਬ, ਮਿੱਠੂ ਭਾਅ ਜੀ, ਨਾਲ ਸਰਪੰਚ ਸਾਹਿਬ ਪਹੁੰਚੇ ਆ। ਗੱਲ ਕਰਦੇ ਹਾਂ ਉਹਨਾਂ ਭਰਾਵਾਂ ਨਾਲ ਜਿਨ੍ਹਾਂ ਦਾ ਇਹ ਟਰੈਕਟਰ ਵਾ। ਸਤਿ ਸ੍ਰੀ ਅਕਾਲ ਚੜ੍ਹਤ ਭਾਅ ਜੀ। ਹੁਣ ਇਹ ਭਰਾ ਦਾ ਆਪਾਂ ਨਾਂ ਆਪ ਨਹੀਂ ਪੁੱਛਾਂਗੇ, ਕਾਰਨ ਕਿਉਂਕਿ ਭਰਾ ਨਾਲ ਯਾਰੀ ਬੜੀ ਪੁਰਾਣੀ ਆ। ਅੱਛਾ ਚੜ੍ਹਤ ਸਾਹਿਬ ਜੀ, ਆਪਣਾ ਪਿੰਡ ਰਾਜੋ ਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ ਆ ਨਾ, ਅਤੇ ਜਿਹੜਾ ਆਪਾਂ ਪਹਿਲਾਂ ਟਰੈਕਟਰ ਭਰਾ ਦਾ ਮੋਡੀਫਾਈ ਕੀਤਾ ਵਾ, ਉਹ ਟਰੈਕਟਰ ਭਰਾ ਨੇ ਵਿੱਚ ਦੇ ਕੇ ਨਵਾਂ ਟਰੈਕਟਰ ਲਿਆ। ਸ਼ੌਂਕ ਸੀ ਨਾ ਤੁਹਾਨੂੰ ਵੀ ਇਹ ਟਰੈਕਟਰ ਜਿੱਦਣ ਫੋਰ ਵੀਲ ਡਰਾਈਵ ਆਇਆ ਆਪਾਂ ਲੈਣਾ ਵਾ। ਹੁਣ ਸਾਨੂੰ ਇਹ ਦੱਸਿਓ ਵੀ ਉਹ ਟਰੈਕਟਰ 'ਤੇ ਕੋਈ ਫਾਲਟ ਤਾਂ ਨਹੀਂ ਪਿਆ ਜਦੋਂ ਦਾ ਮੋਡੀਫਾਈ ਕੀਤਾ ਇਹਨੂੰ? 2020 'ਚ ਕਰਵਾਇਆ ਸੀ ਆਪਾਂ। 2020 'ਚ ਕਰਾਇਆ, ਅੱਜ 24 ਦਾ ਵੀ ਚੌਥਾ ਮਹੀਨਾ ਲੱਗ ਗਿਆ ਸਮਝੋ। ਬਹੁਤ ਵਧੀਆ ਚੱਲਿਆ, ਕੋਈ ਦਿੱਕਤ ਆਈ ਹੋਵੇ ਭਰਾ ਨੂੰ? ਇਹ ਕੰਮ ਦੀ ਦਿੱਕਤ ਕੋਈ, ਬਹੁਤ ਵਧੀਆ ਚੱਲਦਾ ਰਿਹਾ। ਜੇ ਚੱਲਦਾ ਰਿਹਾ ਵਧੀਆ ਤਾਂ ਹੀ ਫਿਰ ਕਰਵਾਇਆ ਨਵਾਂ ਹੀ। ਜਿੱਦਾਂ ਚੜ੍ਹਤ ਭਾਅ ਜੀ ਬੜੀਆਂ ਵੀਡੀਓ ਪੈਂਦੀਆਂ ਵਾ, ਕੋਈ ਅਣਜਾਣ ਮਿਸਤਰੀ ਪਾਉਂਦੇ, ਕੋਈ ਯੂਟਿਊਬਰ ਪਾਉਂਦੇ ਆ ਵਿਊ ਲੈਣ ਵਾਸਤੇ ਕਿ ਟਰੈਕਟਰ ਦੀ ਪੱਠੀ ਛੱਠੀ ਲਾਲ ਕਰਤੀ ਅਤੇ ਇੰਜਣ ਖਤਮ ਹੋ ਜਾਣਾ, ਅਤੇ ਆਪਣਾ 4 ਸਾਲਾਂ 'ਚ ਇੰਜਣ ਕਿਉਂ ਨਹੀਂ ਖਤਮ ਹੋਇਆ? ਨਾ ਬਿਲਕੁਲ ਬਹੁਤ ਵਧੀਆ ਸੀ, ਕੋਈ ਟਰੈਕਟਰ ਦੇ ਵਿੱਚ ਫਾਲਟ ਨਹੀਂ ਪਿਆ, ਸਹੀ ਚੱਲਦਾ ਰਿਹਾ ਸੀ। ਸਹੀ ਚੱਲਦਾ ਰਿਹਾ, ਟਰਬੋ ਵੀ ਸਹੀ ਰਹੀ। ਉਹ ਟਰਬੋ ਉਤਾਰ ਕੇ ਆਪਾਂ ਜਿਹੜੀ ਇਸ ਟਰੈਕਟਰ 'ਤੇ ਲਾਤੀ ਆ, ਨਵੀਂ ਤਾਂ ਨਹੀਂ ਲਾਈ? ਨਾ ਨਵੀਂ ਨਹੀਂ, ਕਿਉਂਕਿ ਭਰਾ ਨੇ ਉਹ ਟਰੈਕਟਰ ਸੇਲ ਕੀਤਾ, ਆਪਾਂ ਭਰਾ ਨੂੰ ਕਿਹਾ ਵੀ ਟਰਬੋ ਲਾ ਲਾ, ਟਰਬੋ ਦੇ ਤੈਨੂੰ ਪੈਸੇ ਨਹੀਂ ਦੇਣੇ ਕਿਸੇ ਨੇ ਵੀ, ਅਤੇ ਨਾਲੇ ਇਹ ਵੀ ਆ ਵੀ ਜਿੰਨੇ ਟਰੈਕਟਰ ਲੈਣਾ ਨਿਕਲਣਾ ਨੂੰ ਟਰਬੋ ਲੱਗੀ ਆ, ਉਹੀ ਟਰਬੋ ਉਤਾਰ ਕੇ ਇਸ ਟਰੈਕਟਰ 'ਤੇ ਲਾਈ, ਬਸ ਪੰਪ ਮੋਡੀਫਾਈ ਕੀਤਾ, ਬਾਕੀ ਸਾਰਾ ਜਿਹੜਾ ਵੀ ਕੀਤਾ, ਅਤੇ ਪਰਫੋਰਮੈਂਸ ਤੁਹਾਡੇ ਸਾਹਮਣੇ ਆ। ਬਾਕੀ ਆਪਣੇ ਟਰੈਕਟਰ ਜਿਹੜੇ ਜੁੰਟ ਦੇ, ਕਿੰਨੇ ਟਰੈਕਟਰ ਮੋਡੀਫਾਈ ਕੀਤੇ ਆਪਾਂ ਟੋਟਲ? ਸਭ ਤੋਂ ਪਹਿਲਾਂ ਟਰੈਕਟਰ ਆਪਣਾ ਹੀ, ਸਭ ਤੋਂ ਪਹਿਲਾਂ ਟਰੈਕਟਰ ਤਰਨ ਤਾਰਨ ਸਾਹਿਬ ਏਰੀਏ ਦਾ, ਵਾਕਿਆ ਪੱਟੀ ਦਾ ਤੁਹਾਡਾ। ਉਸ ਤੋਂ ਬਾਅਦ 'ਚ ਮੈਨੂੰ ਲੱਗਦਾ ਕੋਈ 25 ਤੋਂ 30 ਟਰੈਕਟਰ ਜਿਹੜੇ ਤੁਹਾਡੀ ਯੂਨਿਟ ਦੇ ਕਰਤੇ ਆ ਕਰ ਦਿੱਤੇ ਆ, ਉਸ ਤੋਂ ਜਿਹੜੇ ਵੀਡੀਓ ਵੇਖ ਕੇ ਹੋਏ ਉਹ ਵੱਖਰੇ।
ਤੇ ਇਹ ਦੱਸੋ ਵੀ ਤੁਹਾਡੇ ਕਿਸੇ ਵੀ ਟਰੈਕਟਰ ਦੇ ਵਿੱਚ ਕੋਈ ਰਿਪਲੇਸਮੈਂਟ ਤਾਂ ਨਹੀਂ ਆਈ, ਕਿਸੇ ਨੂੰ ਫਾਲਟ ਆਇਆ ਹੋਵੇ, ਹੋਰ ਵੀ ਕਿਸੇ ਨੇ ਲਾਵਾਂ ਦਿੱਤਾ ਹੋਵੇ ਤੁਹਾਨੂੰ? ਕੋਈ ਨਹੀਂ। ਮਿਹਰਬਾਨੀ ਭਾਅ ਜੀ। ਤੇ ਇੱਧਰ ਸਰਪੰਚ ਸਾਹਿਬ ਆਪਣੇ ਜਿਨ੍ਹਾਂ ਨੇ ਟਰੈਕਟਰ ਲੈਂਦਿਆਂ ਸਾਰੀ 56 ਮੋਡੀਫਾਈ ਕੀਤਾ ਵਾ, ਤੇ ਸਰਪੰਚ ਸਾਹਿਬ ਆਪਣਾ ਪਿੰਡ ਅੱਛਾ ਰਾਜੋ ਕੇ ਪੱਟੀ ਤਰਨ ਤਾਰਨ ਸਾਹਿਬ ਆ, ਸੇਮ ਆ। ਮੈਂ ਕਿਹਾ ਸੈਂਤ ਕਹੀਆ ਤੁਹਾਡੀ ਪੱਤੀ ਦਾ ਫਰਕ ਆ ਨਾ, ਬੜਾ ਤਗੜਾ ਪਿੰਡ ਵਾ, ਪਿੰਡ ਵੱਡਾ ਪਰ ਮੰਨ ਲਓ ਇੱਕ ਹੀ ਗੱਲ ਆ, ਇੱਕ ਹੀ ਗੱਲ ਆ। ਤੇ ਦੂਜੀ ਗੱਲ ਇਹ ਵੀ ਉਹ ਟਰੈਕਟਰ ਉਦੋਂ ਦਾ ਚਲਾਇਆ ਮੋਡੀਫਾਈ ਕਰਨ ਤੋਂ ਬਾਅਦ ਥੋੜਾ ਬਹੁਤਾ ਕਿ ਨਹੀਂ? ਬਿਲਕੁਲ ਚਲੋ ਆਪਾਂ ਨੂੰ ਪਹਿਲਾਂ ਵੀ ਪਤਾ ਹੀ ਸੀ ਮੰਨ ਲਓ ਵੀ ਵਧੀਆ ਹੁੰਦੇ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੰਨ ਲਓ ਆਪਾਂ, ਪਰ ਅਜੇ ਕੋਈ ਫੀਜ਼ਨ ਨਹੀਂ ਆਇਆ, ਕੋਈ ਚੱਲਿਆ ਨਹੀਂ, ਵੈਸੇ ਤਾਂ ਖਲੋਤਾ ਹੈ। ਅੱਛਾ ਆਪਾਂ ਨੂੰ ਪਤਾ ਵੀ ਉਹ 'ਚ ਕੋਈ ਪ੍ਰੋਬਲਮ ਨਹੀਂ ਗੀ, ਬੜਾ ਸੋਹਣਾ ਚੱਲਦਾ ਹੈ ਅਤੇ ਵਧੀਆ ਹੀ ਚੱਲਣਾ, ਇਹੋ ਜਿਹੀ ਕੋਈ ਗੱਲ ਨਹੀਂ ਗੀ। ਮੋਡੀਫਿਕੇਸ਼ਨ ਕਰਨਾ ਕੋਈ ਨੁਕਸ ਨਹੀਂ ਪੈਂਦਾ, ਚਲੋ ਉਹ ਤਾਂ ਵੈਸੇ ਟੈਕਨੀਕਲ ਜੇ ਕਿਤੇ ਕੋਈ ਨੁਕਸ ਕੋਈ ਪੈਣਾ ਹੋਵੇ ਤਾਂ ਉਹਦਾ ਕੋਈ ਪਤਾ ਨਹੀਂ ਲੱਗਦਾ। ਠੀਕ ਆ, ਬਾਕੀ ਮੰਨ ਲਓ ਇਹੋ ਜਿਹੀ ਨਹੀਂ ਕੋਈ ਪ੍ਰੋਬਲਮ ਹੈਗੀ ਵੀ ਮੰਨ ਲਓ ਆਪਾਂ ਨੂੰ ਮੋਡੀਫਿਕੇਸ਼ਨ ਦੇ ਨਾਲ ਕਿਸੇ ਨੂੰ ਕਿਸੇ ਵੀ ਭਰਾ ਨੂੰ ਚਲੋ ਕੋਈ ਵਿਊ ਲੈਣ ਦੀ ਮਾਰੇ ਤਾਂ ਜੋ ਮਰਜ਼ੀ, ਪਰ ਆਪਾਂ ਤਾਂ ਮੰਨ ਲਓ ਤੁਹਾਨੂੰ ਪਤਾ 20 ਦੇ ਤੁਹਾਡੇ ਨਾਲ ਵਰਤਦੇ ਆ, ਹਾਂਜੀ ਪਤਾ ਨਹੀਂ ਕਿੰਨੇ ਕੁ ਟਰੈਕਟਰ ਕਰਵਾਤੇ ਆ ਹੁਣ, ਤਾਂ ਕਈ ਭਰਾ ਸਾਨੂੰ ਮੰਨ ਲਓ ਆਉਂਦੇ ਵੀ ਆਪ ਤੁਸੀਂ ਦੋ ਭਾਅ ਨੂੰ ਮੰਨ ਲਓ ਕਰਵਾ ਦਈਏ, ਹੁਣ ਤੁਹਾਡਾ ਵੀ ਟਾਈਮ ਉਹ ਜਿਹਾ ਬਿਜ਼ੀ ਹੁੰਦਾ ਤਾਂ ਥੋੜ੍ਹਾ ਜਿਹਾ ਅਸੀਂ ਵੀ ਇਸ ਗੱਲ ਆਉਂਦੇ ਵੀ ਯਾਰ ਕੀ ਕਰੀਏ, ਮੰਨ ਲਓ ਮਜਬੂਰੀ ਹੋ ਜਾਂਦੀ ਬੰਦੇ ਦੀ, ਅਸੀਂ ਵੀ ਜੇ ਤੁਹਾਨੂੰ ਵਾਰ ਵਾਰ ਆਖੀਏ ਤਾਂ ਸਾਨੂੰ ਵੀ ਚੰਗਾ ਨਹੀਂ ਲੱਗਦਾ, ਪਰ ਹੁਣ ਕਈ ਵਾਰੀ ਸਾਡਾ ਸਿਸਟਮ ਵੀ ਇੱਦਾਂ ਦਾ ਵੀ ਸਾਨੂੰ ਮਜਬੂਰੀ ਨਾਲ ਤੁਹਾਨੂੰ ਕਹਿਣਾ ਵੀ ਪੈਂਦਾ। ਠੀਕ ਆ ਸਰਪੰਚ ਸਾਹਿਬ, ਵਾਲੇ ਆ ਮੰਨ ਲਓ ਹਨਾ, ਨਹੀਂ ਹਾਜ਼ਰ ਹਾਂ ਤੁਹਾਡੀ ਸੇਵਾ 'ਚ। ਬਾਕੀ ਇਹ ਗੱਲ ਚੱਲੀ ਸੀ ਵੀ ਯਾਰ ਸਾਡੇ ਟਰੈਕਟਰ ਨੂੰ ਦੋ ਦੋ ਸਾਲ ਹੋ ਗਏ ਟਰੈਕਟਰ ਮੋਡੀਫਾਈ ਸੋਰੀ ਬੁਕਿੰਗ ਕਰਾਈ ਨੂੰ, ਡੇਢ ਸਾਲ ਹੋ ਗਿਆ, ਮੈਂ ਕਮੈਂਟ ਪੜ੍ਹੇ ਸੀ ਵੀ ਇਹ ਟਰੈਕਟਰ ਕਿੱਦਾਂ ਸਿੱਧਾ ਮੋਡੀਫਾਈ ਹੋ ਗਿਆ। ਇਹ ਉਹਨਾਂ ਭਰਾਵਾਂ ਦਾ ਟਰੈਕਟਰ, ਮੈਂ ਅੱਗੇ ਵੀਡੀਓ 'ਚ ਕਿਹਾ ਸੀ ਵੀ ਜਿਨ੍ਹਾਂ ਨੇ ਸਾਡੇ 'ਤੇ ਅੱਜ ਤੋਂ 4 ਸਾਲ ਪਹਿਲਾਂ ਵਿਸ਼ਵਾਸ ਕੀਤਾ, ਜਿਨ੍ਹਾਂ ਭਰਾਵਾਂ ਦੀ ਬਦੌਲਤ ਅੱਜ ਮੈਂ ਜੱਗਾ ਟਰੈਕਟਰ ਬੌਸ ਹਾਂ, ਉਹ ਇਹਨਾਂ ਭਰਾਵਾਂ ਦੀ ਬਦੌਲਤ ਵਾਂ। ਅੱਜ ਇਹਨਾਂ ਟਰੈਕਟਰਾਂ ਵੱਲ ਵੇਖ ਕੇ, ਇਹਨਾਂ ਭਰਾਵਾਂ ਵੱਲ ਵੇਖ ਕੇ ਲੋਕ ਟਰੈਕਟਰ ਜਿਹੜੇ ਮੋਡੀਫਾਈ ਕਿਸਾਨ ਭਰਾ ਬਾਕੀ ਵੀ ਕਰਾ ਰਹੇ ਆ, ਇਸ ਕਰਕੇ ਇਸ ਭਰਾ ਨੂੰ ਕੋਈ ਟਾਈਮ ਨਹੀਂ। ਹਾਂ ਕਿਸੇ ਦੀ ਕੋਈ ਕੰਪਲੇਂਟ ਆਉਂਦੇ ਤੇ ਅਸੀਂ ਜੋ ਮੇਰੇ ਬੈਠੇ ਇਹੋ ਜਿਹੀ ਯਾਰ ਕੋਈ ਗੱਲ ਨਹੀਂ ਹੈਗੀ ਮੰਨ ਲਓ ਹਨਾ, ਉਹ ਤਰ੍ਹਾਂ ਕੋਈ ਟੈਕਨੀਕਲ ਕਿਸੇ ਦੇ ਵਿੱਚ ਨਹੀਂ। ਆਪਾਂ ਇਹ ਗੱਲ ਕਹਿੰਦੇ ਵੀ ਕਈ ਕਿਸਾਨ ਭਰਾ ਕਹਿੰਦੇ ਆ ਨਾ ਵੀ ਟਰੈਕਟਰ ਇਹ ਕਿੱਦਾਂ ਮੋਡੀਫਾਈ ਹੋ ਰਿਹਾ, ਕਿਉਂਕਿ ਅਸੀਂ ਕਹਿੰਦੇ ਵੀ ਜਿਹੜੇ ਕਿਸਾਨ ਭਰਾ ਨੇ ਅੱਜ ਤੋਂ 4-5 ਸਾਲ ਪਹਿਲਾਂ ਸਾਡੇ 'ਤੇ ਵਿਸ਼ਵਾਸ ਕੀਤਾ ਉਹਦਾ ਹੱਕ ਬਣਦਾ ਵਾ ਵੀ ਬਿਨਾਂ ਨੰਬਰ ਤੋਂ ਉਹਦਾ ਟਰੈਕਟਰ ਮੋਡੀਫਾਈ ਕੀਤਾ ਜਾਵੇ। ਠੀਕ ਆ ਸਰਪੰਚ ਸਾਹਿਬ, ਥੈਂਕ ਯੂ ਚੜਤ ਭਾਜੀ, ਬਹੁਤ ਬਹੁਤ ਧੰਨਵਾਦ। ਅਤੇ ਇੱਧਰ ਸਾਡੇ ਸੋਹੀ ਸਾਹਿਬ, ਆਪਣੀ ਜਿੰਦ ਆਪਣੀ ਜਾਨ, ਕਿਉਂਕਿ ਇਹ ਭਰਾ ਨਾ ਯਾਰੀ ਪਵਾਈ ਸਾਡੇ ਭਰਾ ਸੁਖਮਨ 1575 ਨੇ, ਇਸ ਸਮੇਂ ਇਸ ਦੁਨੀਆਂ ਵਿੱਚ ਤਾਂ ਨਹੀਂ ਰਿਹਾ ਪਰ ਉਹਦਾ ਨਾਂ ਜਿਹੜਾ ਨਾ ਉਹ ਜਿੰਨਾ ਚਿਰ ਆਪਾਂ ਜੀਨੇ ਆ ਨਾ ਉਨਾ ਚਿਰ ਰਹੂਗਾ, ਮਤਲਬ ਆਪਾਂ ਰੱਖਾਂਗੇ ਕਾਇਮ। ਠੀਕ ਆ ਜੀ, ਅਤੇ ਇੱਧਰ ਆਪਣੇ ਭਰਾ ਪਹੁੰਚੇ ਆ, ਸਤਿ ਸ਼੍ਰੀ ਅਕਾਲ ਸਰ ਜੀ। ਬਾਬਾ ਜੀ, ਅਤੇ ਸੋਹੀ ਸਾਹਿਬ ਦਾ ਪਿੰਡ, ਅੱਜ ਮੈਂ ਪਹਿਲੇ ਦਿਨ ਭਰਾ ਨੂੰ ਪਿੰਡ ਪੁੱਛਣ ਲੱਗਾ, ਮੈਨੂੰ ਪਿੰਡ ਨਹੀਂ ਪਤਾ, ਯਾਰੀ ਵਾਹਵਾ ਪੁਰਾਣੀ ਪੈ ਗਈ ਆ, ਪਿਆਰ ਵੀ ਬੜਾ ਵਾ, ਪਰ ਕਦੀ ਜ਼ਿਕਰ ਨਹੀਂ ਹੋਇਆ ਵੀ ਆਪਣਾ ਪਿੰਡ ਕਿਹੜਾ, ਪਿੰਡ ਕਿਹੜਾ ਸੋਹੀ ਸਾਹਿਬ ਆਪਣਾ? ਪਿੰਡ ਹੀ ਰਾਮਪੁਰਸ਼ਨ ਆ, ਮਰੇਲਕੋਟਲੇ ਜ਼ਿਲ੍ਹੇ 'ਚ ਪੈਂਦਾ ਜੀ, ਮਰੇਲਕੋਟਲੇ 12 ਕਿਲੋਮੀਟਰ ਦੂਰ। ਤਹਿਸੀਲ? ਇਹ ਜੀ ਅਮਰਗੜ੍ਹ। ਅਮਰਗੜ੍ਹ, ਹਾਂਜੀ। ਠੀਕ ਆ, ਕਿੰਨੀਆਂ ਫਿਲਮਾਂ ਕਰਤੀਆਂ ਭਰਾ ਨੇ ਅੱਜ ਤੱਕ? ਹੁਣੇ ਆਪਾਂ 2 ਵੈੱਬ ਸੀਰੀਆਂ ਕਰਤੀਆਂ, ਇੱਕ ਵੈੱਬ ਸੀਰੀ ਖੋਦੀ ਲਿਖੀ, ਸਾਰਾ ਕੁਛ ਖੋਦੀ ਕਰਿਆ, ਜਗਤਾ ਭਗਤ, ਇੱਕ ਮੌੜ ਫਿਲਮ ਕਰਤੀ, ਅਤੇ ਹੁਣ ਇੱਕ ਵੈੱਬ ਸੀਰੀ ਦਾ ਸ਼ੂਟ ਚੱਲ ਰਿਹਾ ਹੁਣੀ। ਠੀਕ ਆ, ਅਤੇ ਬਾਕੀ ਗਾਣੇ ਬਹੁਤ ਕਰਤੇ। ਸਾਨੂੰ ਵੀ ਕੋਈ ਰੋਲ ਦਵਾਓਗੇ ਕਿ ਜਾਂ ਅਸੀਂ ਇੱਥੇ ਆਪਣੀ ਵੀਡੀਓ 'ਚ ਟੱਪਦੇ ਟੁੱਪਦੇ ਰਵਾਂਗੇ, ਨੱਚਦੇ ਰਵਾਂਗੇ, ਇਹ ਦੱਸੋ ਤੁਸੀਂ? ਬਾਬਾ ਜੀ, ਤੁਸੀਂ ਫਿਲਮਾਂ 'ਚ ਰੋਲ ਲਈ ਨਹੀਂ ਬਣੇ, ਤੁਹਾਡੇ 'ਤੇ ਫਿਲਮਾਂ ਬਣਨੀਆਂ। ਤੇਰਾ ਸ਼ੁਕਰੀਆ। ਹਾਂਜੀ ਹਾਂਜੀ, ਬਹੁਤ ਬਹੁਤ ਥੈਂਕ ਯੂ। ਅੱਜ ਭਰਾ ਸਾਡੇ ਕੋਲ ਆਇਆ, ਬਾਰਸ ਦੇ ਵਿੱਚ ਵੇਖ ਰਹੇ ਆਪਾਂ ਬੈਠੇ ਹਾਂ, ਖੜੇ ਨੇ ਸਾਰੇ ਖੜੇ ਆ, ਤਾਂ ਰਿਆੜ ਸਾਹਿਬ ਦੀ ਤਸਵੀਰ ਤੁਹਾਨੂੰ ਨਜ਼ਰ ਆਉਣ ਡਈ ਆ, ਤੇ ਮੈਂ ਸਾਰੇ ਭਰਾਵਾਂ ਨੂੰ ਵੀਡੀਓ 'ਚ ਲੱਗਾ ਕਹਿਣ, ਇਹਨਾਂ ਨੂੰ ਇੱਦਾਂ ਨਹੀਂ ਕਹਿਣਾ ਵੀ ਜਿਹਦੀ ਜਿਹਦੀ ਟੀ ਸ਼ਰਟ ਪਵੇ ਉਹ ਜਾਂ ਤਾਂ ਮੈਨੂੰ ਲੋਅਰ ਜਿਹੜਾ ਵਾ ਸ਼ੋਪਿੰਗ ਕਰਾਵੇ, ਜਾਂ ਮੈਨੂੰ ਲੋਅਰ ਦੇ ਪੈਸੇ ਦੇਵੇ, ਕਿਉਂਕਿ ਲੋਅਰ ਮੈਂ ਪਾਉਣਾ ਪਿਆ ਨਾਲ, ਟੀ ਸ਼ਰਟ ਨਵੀਂ ਪਾਈ ਆ, ਬਾਕੀ ਭਰਾਵਾਂ ਦੀਆਂ ਟੀ ਸ਼ਰਟਾਂ ਪੈਣੀਆਂ ਵਾ ਤਾਂ ਬਣਦੀਆਂ ਨਾ। ਇੱਕ ਗੱਲ ਕਹਾਂ, ਜਿੰਨਾ ਕਿ ਜੱਗੇ ਬਾਈ ਤੁਹਾਡੇ ਨਾਲ ਪਿਆਰ ਕਰਦੇ ਨੇ ਨਾ ਬੰਦੇ, ਹਾਂਜੀ, ਬੰਦੇ ਟਰਾਲੀਆਂ ਭਰ ਭਰ ਲੈ ਆਉਣ ਤੁਹਾਡੇ ਲਈ ਲੋਹਰਾਂ ਦੀਆਂ, ਚੜ੍ਹਦੀ ਗੱਲ ਆ ਬਾਈ। ਮਿਹਰਬਾਨੀ ਭਾਅ ਜੀ, ਵੈਸੇ ਮਜ਼ਾਕ ਕਰਦੇ ਨੇ ਤੁਸੀਂ, ਥੈਂਕ ਯੂ। ਤੇ ਇੱਧਰ ਆਪਣੇ ਰਿਆੜ ਸਾਹਿਬ, ਜਿਨ੍ਹਾਂ ਦੀ ਤਸਵੀਰ ਤੁਸੀਂ ਵੇਖਣ ਦੇ ਆਪਣੇ ਸੀਨੇ 'ਤੇ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ, ਠੀਕ ਆ ਜੀ।
ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੇ ਇਹ ਫਿਰ ਉਹ ਗੱਲ ਚੱਲਣੀ ਆ ਵੀ ਇਹ ਤਸਵੀਰਾਂ ਇਹਨਾਂ ਭਰਾਵਾਂ ਦੀਆਂ ਕਿਉਂ ਲੱਗੀਆਂ ਜਿਹੜੀਆਂ ਰੋਜ਼ ਵੀਡੀਓ 'ਚ ਵੇਖਣ ਨੂੰ ਮਿਲਣਗੀਆਂ, ਕਿਉਂਕਿ ਇਹਨਾਂ ਭਰਾਵਾਂ ਨੇ ਉਦੋਂ ਮੇਰਾ ਸਾਥ ਦਿੱਤਾ ਜਦੋਂ ਮੈਂ ਇਕੱਲਾ ਜੱਗਾ ਸੀ। ਅੱਜ ਟਰੈਕਟਰ ਬੌਸ ਬਣਾਇਆ ਤੁਸੀਂ ਅਤੇ ਅੱਜ ਆਪਣੇ ਨਾਲ ਖੜ੍ਹੇ ਆ ਭਰਾ, ਬਹੁਤ ਬਹੁਤ ਥੈਂਕ ਯੂ। ਇੱਧਰ ਦਿਓਲ ਸਾਹਿਬ ਨੂੰ ਵੇਖ ਸਕਦੇ ਜੇ ਤੁਸੀਂ, ਠੀਕ ਆ ਜੀ। ਅਤੇ ਆਪਣਾ ਨਾਮ ਸਭ ਸਰ ਜੱਗਾ ਜੀ, ਉਹ ਕਿਆ ਬਾਤ ਹੈ, ਦੋ ਜੱਗੇ ਅਤੇ ਜੱਗੇ ਵੀਰ ਜਿੱਦਾਂ ਵੀਡੀਓ 'ਚ ਕਹਿੰਦੇ ਵੀ ਇੱਦਾਂ ਗੇਮ ਕੱਢੋ ਅਤੇ ਇੱਦਾਂ ਗੇਮ ਪਾ ਦਿਓ ਅਤੇ ਦੰਦੇ ਐਂ ਕਰ ਦਿਓ, ਤੁਸੀਂ ਵੀ ਮੈਨੂੰ ਪਤਾ ਲੱਗਾ ਕਿ ਟਰੈਕਟਰ ਮੋਡੀਫਾਈ ਕਰਾਏ, ਕਿੰਨੇ ਟਰੈਕਟਰ ਮੋਡੀਫਾਈ ਕਰਾਏ ਸਾਡੇ ਕੋਲ ਤੋਂ ਪਹਿਲਾਂ? ਪਹਿਲਾਂ ਨਹੀਂ ਜੀ ਕਰਾਇਆ, ਨਹੀਂ ਗੇਮਾਂ ਚੇਂਜ ਨਹੀਂ ਹੋਈਆਂ। ਹਾਂ ਗੇਮਾਂ ਚੇਂਜ ਦੋਨਾਂ ਦੀਆਂ, ਤਿੰਨਾਂ ਦੀਆਂ ਕਰਾਈਆਂ ਹੋਈਆਂ, ਦੋ 36 ਦੀ ਸਪੈਸ਼ਲ ਐਡੀਸ਼ਨ, ਹਾਂ ਅਤੇ ਇੱਕ 56 ਵੀ ਆ। ਅੱਛਾ, ਤਿੰਨਾਂ ਦੀਆਂ ਗੇਮਾਂ ਚੇਂਜ ਕੀਤੀਆਂ। ਤੇ ਗੇਮਾਂ ਚੇਂਜ ਕਰਨਾ ਕਿੰਨਾ ਕੁ ਫਰਕ ਪਿਆ ਤੁਹਾਡੇ ਟਰੈਕਟਰਾਂ ਨੂੰ? ਬਾਹਲਾ ਤਾਂ ਫਰਕ ਨਹੀਂ ਪਿਆ ਜੀ। ਅਤੇ ਅੱਜ 56 ਵੀ ਚੱਲਦਾ ਵੇਖਿਆ? ਅੱਜ ਤਾਂ ਸਿਰਾ ਹੀ ਆ। ਬਾਕੀ ਕੱਲ ਨੂੰ ਵੀਡੀਓ 'ਚ ਵਿਖਾਵਾਂਗੇ। ਤੇ ਜਿਹੜਾ ਅੱਜ ਫੇਰ ਤੁਸੀਂ ਇੱਕ ਲੈ ਕੇ ਆਏ ਟਰੈਕਟਰ 36 ਦੀ ਸਪੈਸ਼ਲ, ਉਹ ਕਿੰਨਾ ਕੁ ਪਰਫਾਰਮ ਕੀਤੀ ਉਹਨੇ ਐਦੋਂ ਸਾਹਮਣੇ? ਕਿੰਨੀ ਕੀਤੀ? ਕੁਛ ਨਹੀਂ ਕੀਤੀ ਜੀ, ਪਹਿਲੇ ਮੀਡੀਅਮ 'ਚ ਹੀ ਬੰਦ ਹੋ ਜਾਂਦਾ ਸੀ। ਕੋਈ ਨਹੀਂ, ਦੂਜੇ ਮੀਡੀਅਮ 'ਚ ਵੀ ਬੰਦ ਨਹੀਂ ਹੋਊ, ਇੱਦਾਂ ਦੀ ਪਰਫਾਰਮ ਵਿਖਾ ਲਾਂਗੇ ਤੁਹਾਨੂੰ। ਅਤੇ ਇਹ ਗੱਲ ਫਿਰ ਉਸੇ ਅਰਜਨ ਦੀ ਵਿਖਾਲਦੇ ਨੂੰ ਵੈਲੀ ਕਹਿੰਦੇ ਆ, ਕੰਮ ਵੈਲੀਆਂ ਵਾਲੇ ਕਰਦੇ ਆ, ਬਾਰਿਸ਼ ਦੇ ਵਿੱਚ ਵੀਡੀਓ ਬਣੂਗੀ, ਠੀਕ ਆ ਜੀ? ਬਿਲਕੁਲ ਜੀ। ਅਤੇ ਬਹੁਤ ਬਹੁਤ ਥੈਂਕ ਯੂ ਦਿੰਦੇ ਹਾਂ ਗੇੜਾ। ਆਪਣਾ ਨਾਮ ਸਭ ਸਰ? ਸਿਮਰਨਜੀਤ ਸਿੰਘ। ਸਿਮਰਨਜੀਤ ਸਿੰਘ, ਆਪਣਾ ਪਿੰਡ? ਪਿੰਡ ਖਾਰਾ ਭਾਜੀ। ਪਿੰਡ ਖਾਰਾ, ਗੁਰਦਾਸਪੁਰ ਏਰੀਆ? ਕਾਦੀਆਂ ਲੱਗੇ ਖਾਰਾ, ਜ਼ਿਲ੍ਹਾ ਤਾਂ ਗੁਰਦਾਸਪੁਰ ਹੀ ਆ, ਠੀਕ ਆ, ਕਾਦੀਆਂ ਏਰੀਆ ਵਾ, ਠੀਕ ਆ ਭਾਜੀ, ਥੈਂਕ ਯੂ। ਬਾਬਾ ਜੀ, ਹਾਂਜੀ ਸਰ, ਇੱਕ ਗੱਲ ਆ, ਇੱਕ ਅਮਰੀਕਾ ਦਾ ਸੈਂਟਰਲ ਵੈਲੀ 'ਚ ਟਰੈਕਟਰ ਬਣਿਆ ਸੀ 1870 'ਚ, ਬਿਜ਼ਾਮੈਨ ਲੌਰੀ ਹਾਲਟ ਨੇ ਬਣਾਇਆ ਸੀਗਾ, ਤੇ ਇੱਕ ਬਿਜ਼ਾਮੈਨ ਲੌਰੀ ਹਾਲਟ ਸੀ ਅਮਰੀਕਾ ਦਾ। ਅੱਛਾ ਜੀ। ਟਰੈਕਟਰ ਬਣਾਉਣ ਵਾਲਾ? ਅੱਛਾ ਜੀ। ਇੱਕ ਬਿਜ਼ਾਮੈਨ ਲੌਰੀ ਹਾਲਟ ਸੀ ਟਰੈਕਟਰ ਬਣਾਉਣ ਵਾਲਾ, ਇੱਕ ਜੱਗਾ ਭਗਤਪੁਰੀ ਆ ਟਰੈਕਟਰਾਂ 'ਚ ਜਾਣ ਪੈਣ ਵਾਲਾ। ਥੈਂਕ ਯੂ ਭਾਜੀ, ਮਿਹਰਬਾਨੀ, ਮਿਹਰਬਾਨੀ, ਥੈਂਕ ਯੂ। ਸੋਹੀ ਸਾਹਿਬ ਵੀ ਨਾਲ ਬਹਿ ਕੇ ਟਰਾਈ ਲੈਣ ਗਿਆ, ਸੋਹੀ ਸਾਹਿਬ ਤੁਸੀਂ ਸਾਡੇ ਨਾਲ ਫਿਰ ਦਿੰਦੇ ਹਾਂ ਜਿਹੜਾ, ਅਤੇ ਬਾਹਰ ਪਾਣੀ ਵਾਹਵਾ ਆ ਹੀ ਗਿਆ ਵਾ, ਠੀਕ ਆ ਜੀ। ਸਤਨਾਮ ਵਾਹਿਗੁਰੂ। ਸਕਦੇ ਤੁਸੀਂ ਚਾਰੇ ਟਾਇਰ ਪਹਿਲਾ ਹਾਈ, ਪਹਿਲੇ ਹਾਈ ਦੀ ਪਰਫਾਰਮ ਆ, ਟਾਈਕ ਖੰਡ ਆ, ਲੇਕਿਨ ਟਾਈਕ ਖੰਡ ਨਹੀਂ ਹੁੰਦਾ। Yeah!
ਬਿਲਕੁਲ ਅਸੀਂ ਵੀਡੀਓ ਬਣਾਇਆ ਉਹ ਗੱਲ ਵੀਡੀਓ Hey, hey.